ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਲਓ ਜੀ, ਅੱਜ ਦੀ ਵੀਡੀਓ 'ਚ ਵੇਖ ਸਕਦੇ ਆਪਾਂ 5410 ਜੌਨ ਡੀਅਰ 2010-11 ਮਾਡਲ ਨੂੰ ਰੂਟਰ ਪੰਪ ਤੋਂ ਇਨਲਾਈਨ ਪੰਪ ਦੇ ਵਿੱਚ ਤਬਦੀਲ ਕੀਤਾ, ਮੋਡੀਫਿਕੇਸ਼ਨ ਫੁੱਲ ਕੀਤੀ ਆ। ਪਿੰਡ ਜੱਗੇਵਾਲਾ, ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਸ਼ੁਭ ਨਾਮ ਭਰਾ ਦਾ ਸਰਦਾਰ ਮਨਜੀਤ ਸਿੰਘ ਸੰਧੂ ਆੜ੍ਹਤੀਆ ਸਾਹਿਬ, ਜਿਨ੍ਹਾਂ ਦਾ ਆਪਾਂ ਟਰੈਕਟਰ ਮੋਡੀਫਾਈ ਕੀਤਾ ਵਾ ਤੇ ਚੈੱਕ ਕਰਾਉਣੇ ਤੁਹਾਨੂੰ ਫਿਟਿੰਗ। ਸਭ ਤੋਂ ਪਹਿਲਾਂ ਆੜ੍ਹਤੀਆ ਸਾਹਿਬ ਕੋਲ ਸੁਣਦੇ ਹਾਂ ਵੀ ਆੜ੍ਹਤੀਆ ਸਾਹਿਬ, ਟਰੈਕਟਰ ਕਿਵੇਂ ਦੀ ਪਰਫਾਰਮ ਲੱਗੀ ਆ, ਫਿਟਿੰਗ ਕਿਵੇਂ ਦੀ ਲੱਗੀ ਆ? ਰਿਆਲਿਟੀ ਆ ਵੀ 23 ਹੱਲਾਂ ਪਾ ਕੇ ਟਰੈਕਟਰ ਦੀ ਜਿਹੜੀ ਟਰਾਈ ਦਿੱਤੀ, ਤੁਹਾਨੂੰ ਯੂਟਿਊਬ ਤੇ ਵੀਡੀਓ ਵੇਖਣ ਨੂੰ ਮਿਲੂਗੀ। ਕਹਿ ਸਕਦੇ ਹਾਂ ਵੀ ਸਿਰੇ ਦਾ ਵੀ ਸਿਰਾ ਹੋਇਆ ਪਿਆ ਟਰੈਕਟਰ ਦੇ, ਸਹੀ ਗੱਲ ਹੈ ਨਾ ਭਰਾ ਜੀ? ਕਹਿੰਦੇ ਵੀ ਦੁੱਖ ਟੁੱਟ ਗਏ ਤੇ ਆਹ ਤੁਹਾਨੂੰ ਫਿਟਿੰਗ ਚੈੱਕ ਕਰਾਉਣੇ ਆ। ਬਿਲਕੁਲ ਨਵਾਂ ਫਰੈਸ਼ ਪੰਪ ਲੱਗਾ ਵਿਦ ਮੋਡੀਫਿਕੇਸ਼ਨ ਕਰਕੇ ਆ ਜਾਓ, ਚੈੱਕ ਕਰਾਓ। ਬੋਲੇ ਸ਼ੋਮਨ ਜੀ, 54 ਦਾ ਵੇਖ ਸਕਦੇ, ਜਿਹੜੇ ਬਹੁਤ ਘੱਟ ਟਰੈਕਟਰ ਜਿਹੜੇ ਆ ਉਹ ਆਪਣੇ ਪੰਜਾਬ 'ਚ ਖਰੀਦੇ ਗਏ ਸੀ ਕਿਸਾਨ ਭਰਾਵਾਂ ਨੂੰ। ਇੱਧਰੋਂ ਵੇਖ ਸਕਦੇ ਆਪਾਂ, ਫਿਟਿੰਗ ਚੈੱਕ ਕਰ ਸਕਦੇ ਹਾਂ ਤੇ ਭੱਠੀ ਲਾਲ ਹੋਈ ਵੀ ਵੇਖ ਸਕਦੇ ਹਾਂ ਆਪਾਂ। ਫਿਟਿੰਗ ਚੈੱਕ ਕਰੋ ਪੂਰੀ, ਐਂ ਰੀਨਲ ਫਿਟਿੰਗ ਆ, ਬਿਨਾਂ ਕੱਟ ਵੱਢ ਬਿਨਾਂ ਜੱਜਮੈਂਟ ਕੀਤਿਆਂ। ਕੋਈ ਵੀ ਕਿਸਾਨ ਭਰਾ ਇਹ ਜੱਜ